हुकूमत से कर हुक्म कुछ समा गे हुक्म कुछ समा ऐसे परम चुका वह जब चूके जब चूके पंचतात की रचना जब चूके पंचतात की रचना ऐसे परम चुका गए दर्शन छोड़ पाए एक नाम ते आ गए एक नाम ते आ गए एक नाम ते आ गए और हम कह पावे कुछ समावेंगे हुक्में कुछ समावेंगे बहुर हम काहे आवेंगे आवन जाना हुक्मत से कर हुक्में कुछ समावेंगे हुक्में कुछ समावेंगे जित हम लाए तित ही लागे तैसे कर्म कमावे जित हम तैसे कर्म कमावे तैसे कर्म कमावे जित हम लाए तित ही लाते तैसे कर्म कमावे जित हम लाए तित ही लागे तैसे कर्म कमावे हर जी अपनी
ਇਸ਼ਨਾਨ ਕਰਕੇ ਤੇ ਆਖਿਆ ਸਿੰਘ ਗੁਰੂ ਕੇ ਦਲ ਦੀ ਗੁਰੂ ਕੀ ਸੰਗਤਾਂ ਦਾ ਸੇਵਾ ਗੁਰਦੇਵ ਨੇ ਮੌਕਾ ਬਖਸ਼ਿਆ ਸੀ ਸੰਗਤ ਵਿੱਚ ਵਿਚਰਦਿਆਂ ਕਿਸੇ ਗੁਰਸਿੱਖ ਦੇ ਮਨ ਨੂੰ ਖੇਦ ਹੋਇਆ ਤੇ ਮੈਨੂੰ ਗੁਰੂ ਕਾ ਦਾਅ ਜਾਣ ਕਰਕੇ ਮਾਫ਼ ਕਰਨਾ ਫਤਿਹ ਬੁਲਾਈ ਤੇ ਸੱਚਖੰਡ ਪਿਆਰਾ ਕਰ ਗਿਆ। ਇਹ ਮੇਰੇ ਗੱਲ ਕਹਿਣ ਤੋਂ ਭਾਵ ਜਿਹੜੇ ਗੁਰੂ ਦੇ ਪਿਆਰੇ ਨੇ ਉਹ ਮੌਤ ਤੋਂ ਹਾਵੀ ਹੋ ਜਾਂਦੇ ਹਨ। ਕੀਰਤਪੁਰ ਸਾਹਿਬ ਕਿਸੇ ਬੀਬੀ ਦਾ ਉੱਥੇ ਬ੍ਰਾਹਮਣੀ ਕਰਕੇ ਲਿਖਿਆ, ਉਹਦਾ ਪੁੱਤਰ ਚੜ੍ਹਾਈ ਕਰ ਗਿਆ, ਗੁਜ਼ਰ ਗਿਆ, ਬੇਨਤੀ ਕੀਤੀ ਪਾਤਸ਼ਾਹ ਤੁਸੀਂ ਸਮਰੱਥ ਹੋ, ਕਿਰਪਾ ਕਰੋ। ਬਾਬੇ ਭਗਤੂ ਦੇ ਦੋ ਬੇਟੇ ਸਨ, ਵੱਡਾ ਬਾਬਾ ਗੌਰਾ ਜੀ, ਛੋਟੇ ਭਾਈ ਜਿਉਣ ਜੀ। ਸਾਡਾ ਤਾਂ ਆਮ ਸੁਭਾਅ ਬਣਿਆ ਨਾ ਕਿ ਸਾਹਮਣੇ ਹੋ ਕੇ ਫੋਟੋ ਸਿੱਧੀ ਆਵੇ, ਜਦੋਂ ਸਟੇਜ 'ਤੇ ਬਹਿੰਦੇ ਹਾਂ ਨਾ ਤਾਂ ਬੜੇ ਪਰੇਸ਼ਾਨੀ ਹੁੰਦੀ ਕਿ ਸਾਡੀ ਫੋਟੋ ਪੂਰੀ ਹੋਣੀ ਚਾਹੀਦੀ ਹੈ, ਅਤੇ ਜੇ ਨਾ ਨਾ ਲੱਥੀ ਤਾਂ ਪਤਾ ਨਹੀਂ ਸਮਾਜ ਨੂੰ ਢਿੱਲਾ ਹੈ। ਅਸੀਂ ਭੁੱਲ ਜਾਂਦੇ ਹਾਂ ਤਾਣ ਹੁੰਦੇ ਹੋਏ ਨਤਾਣਾ, ਮਾਣ ਹੁੰਦੇ ਹੋਏ ਨਮਾਣਾ। ਤਾਣਾ ਉਹ ਉੱਗਦਾ ਹੈ ਜਿਹੜਾ ਧਰਤੀ 'ਚ ਆਪਣੇ ਆਪ ਨੂੰ ਬੁਲਾਵੇ, ਸਾਨੂੰ ਮੈਂ ਲੈ ਗਈ ਮੈਂ, ਗੁਰੂ ਸਾਡੇ 'ਤੇ ਕਿਰਪਾ ਕਰਦੇ ਸਾਡੀ ਮੈਂ ਮਰ ਜਾ, ਕਿਉਂਕਿ ਹਉਮੈ ਦੀਰਘ ਰੋਗ ਹੈ, ਜਨਮ ਮਰਨ ਮੂਲ ਅਹੰਕਾਰ ਪਪਾਤਮਾ। ਗੁਰੂ ਕੇ ਸਿੱਖ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਨੇ। ਭਾਈ ਵੀਰ ਸਿੰਘ ਦਾ ਬਚਨ ਮੈਨੂੰ ਕਦੇ ਨਹੀਂ ਭੁੱਲਾ, ਉਹ ਕਹਿੰਦੇ ਮੇਰੀ ਛੁਪੇ ਰਹਿਣ ਦੀ ਚਾਹ ਅਤੇ ਸ਼ੁਭ ਟੁਰ ਜਾਣ ਦੀ ਪੂਰੀ ਹੁੰਦੀ ਨਾ ਮੈਂ ਤਰਲੇ ਪਾ ਰਿਹਾ। ਬਾਬੇ ਬ੍ਰਹਮ ਗਿਆਨੀ ਭਾਈ ਭਗਤੂ ਦਾ ਛੋਟਾ ਬੇਟਾ ਜਦੋਂ ਵੀ ਗੁਰੂ ਕੇ ਦਰਬਾਰ ਵਿੱਚ ਆਉਂਦਾ ਸਤਿਗੁਰੂ ਪਾਤਸ਼ਾਹ ਦੇ ਸਿੰਘਾਸਣ ਦੇ ਪਿਛਲੇ ਪਾਸੇ ਬੈਠਦਾ ਹੈ। ਬੀਬੀ ਨੇ ਆਣ ਕੇ ਹਾਲਾ ਕੱਢਿਆ ਕਿ ਪਾਤਸ਼ਾਹ ਤੁਸੀਂ ਸਮਰੱਥ ਹੋ, ਤੁਸੀਂ ਗੋਇੰਦਵਾਲ ਸਾਹਿਬ ਕਿਸੇ ਬੀਬੀ ਦੇ ਪੁੱਤਰ ਨੂੰ ਜਿੰਦਿਆਂ ਕੀਤਾ, ਮੇਰੇ 'ਤੇ ਕਰੋ ਕਿਰਪਾ। ਸਿੱਖਾਂ ਨੇ ਵੀ ਬੇਨਤੀਆਂ ਕੀਤੀਆਂ, ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖੋ ਗੁਰੂ ਨਾਨਕ ਭਲੀ ਕਰੇਗਾ, ਪਰ ਤੁਹਾਡੇ 'ਚੋਂ ਕੋ ਆਪਣਾ ਜੀਵਨ ਖੁਸ਼ੀ ਦੇ ਨਾਲ ਇਹਨੂੰ ਪ੍ਰਦਾਨ ਕਰਦੇ। ਅੱਜ ਆਪਾਂ ਚਾਹੁੰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਸਾਡੇ ਘਰ ਜੰਮੇ ਅਤੇ ਮਨੀ ਸਿੰਘ ਗੁਆਂਢੀਆਂ ਦੇ ਘਰ ਜੰਮੇ। ਮੇਰੀ ਗੱਲ ਸਮਝਦੇ ਹੋ ਨਾ, ਜੰਮਣ ਜੰਮੇ ਮਨੀ ਸਿੰਘ ਵੀ। ਆਪਾਂ ਖੰਡ ਪਾਠ ਰਖਾਉਂਦੇ ਹਾਂ ਨਾ ਅਤੇ ਆਪਾਂ ਕਹਿੰਦੇ ਬਾਬਾ ਪੰਜ ਪੌੜੀਆਂ ਪੜ ਕੇ ਅਤੇ ਪ੍ਰਸ਼ਾਦ ਵਰਤਾ ਰਹੇ ਸਨ, ਸਾਰਾ ਜਪਜੀ ਸਾਹਿਬ ਸੁਣਨਾ ਨਾ ਪਏ। ਸਾਨੂੰ ਅੱਜ ਕੱਲ੍ਹ ਬਾਣੀ ਇੰਨੀ ਭਾਰੀ ਲੱਗਣ ਲੱਗ ਪਈ ਹੈ, ਆਪਾਂ ਘਰਾਂ 'ਚ ਖੰਡ ਪਾਠ ਰਖਾਉਂਦੇ ਹਾਂ ਨਾ ਅਤੇ ਜਦੋਂ ਪੰਜ ਪੌੜੀਆਂ ਬੜੇ ਔਖੇ ਹੋ ਕੇ ਸੁਣਦੇ ਕਿ ਪਤਾ ਨਹੀਂ ਕੋਠਾ ਨਾ ਡਿੱਗ ਪਏ ਉਤਰੋ, ਅਤੇ ਜਦੋਂ ਛੇਵੀਂ ਪੌੜੀ ਆਰੰਭ ਕਰਦਾ ਨਾ ਭਾਈ ਸਾਹਿਬ ਕਹਿੰਦੇ ਬਾਬਾ ਜੀ ਪ੍ਰਸ਼ਾਦ ਆਰੰਭ ਕਰ ਦਿਓ। ਅਸੀਂ ਤਾਂ ਜਪਜੀ ਸਾਹਿਬ ਦਾ ਸੰਪੂਰਨ ਪਾਠ ਸੁਣ ਕੇ ਵੀ ਭਾਈ ਜਿਉਣ ਜੀ ਚੜ੍ਹਾਈ ਕਰ ਗਏ, ਸੰਗਤਾਂ ਨੇ ਆਣ ਕੇ ਵਧਾਈ ਦਿੱਤੀ, ਪਾਤਸ਼ਾਹ ਬੀਬੀ ਦਾ ਪੁੱਤਰ ਜਿੰਦਾ ਹੋ ਗਿਆ, ਅਤੇ ਕਹਿੰਦੇ ਬੀਬੀ ਦਾ ਹੋ ਗਿਆ ਪਰ ਮੇਰਾ ਤਾਂ ਤੁਰ ਗਿਆ ਨਾ। ਕਹਿੰਦੇ ਨਾ ਭਾਈ ਇਹ ਚੜ੍ਹਾਈ ਕਰਕੇ ਗਿਆ, ਕਿਉਂਕਿ ਚੜ੍ਹਾਈ ਕਰਦਾ ਤਕੜਾ ਅਤੇ ਹਾਰਦਾ ਮਾੜਾ। ਕਹਿਣ ਦਾ ਭਾਵਨਾ ਗੁਰੂ ਦੇ ਨਾਲ ਜੁੜ ਗਿਆ ਨਾ, ਉਹ ਮੌਤ ਤੋਂ ਉੱਪਰ ਉੱਠ ਗਿਆ, ਉਹ ਮੌਤ 'ਤੇ ਚੜ੍ਹਾਈ ਹਮਲਾ ਕਰਦਾ, ਮੌਤ ਉਹਦੇ 'ਤੇ ਹਮਲਾ ਨਹੀਂ ਕਰਦੀ। ਗੁਰੂ ਦੇ ਚਰਨਾਂ ਦੀ ਹਾਜ਼ਰੀ ਭਰ ਰਹੇ ਹਨ, ਇਹਦੇ ਵਾਸਤੇ ਸਾਨੂੰ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਨੇ ਇੱਕ ਸਾਖੀ ਪੜ੍ਹਾਈ, ਇੱਕ ਬੇਸਵਾ। ਇੱਕ ਮਹਾਤਮਾ ਜਾਂ ਨੌਜਵਾਨਾਂ ਇਸ਼ਨਾਨ ਕਰਨ ਜਾਂਦੇ ਨੇ ਨਦੀ ਉੱਪਰ, ਬੇਸਵਾ ਦਾ ਰਸਤੇ ਵਿੱਚ ਘਰ ਹੈ, ਤੂੰ ਕਿਰਪਾਲੂ ਹੈ, ਉਹ ਦਸਮ ਦਾ ਪਾਠੀ ਸੀ, ਦਸਮ ਦੇ ਪਾਠ ਵਿੱਚ ਵੀ ਆਉਂਦਾ ਕਰਨਾਕਰ ਹੈ, ਕਰਨਾ ਕਰ ਹੈ, ਕਿਰਪਾ ਦੀ ਖਾਣ ਹੈ। ਜੇ ਤੂੰ ਕਿਰਪਾ ਦੀ ਖਾਣ ਹੈ ਨਾ, ਉਸ ਗੁਰੂ ਕੇ ਲਾਲ ਕੋਲੋਂ ਅਨੰਤ ਅਤੇ ਬੇਅੰਤ ਗਲਤੀਆਂ ਹੋਈਆਂ ਹੋਣਗੀਆਂ, ਪਰ ਕਿਰਪਾ ਕਰਦੇ ਲਕੀਰ ਮਾਰਦੇ ਉਸ ਗੁਰੂ ਕੇ ਸਿੱਖ ਨੂੰ ਆਪਣੇ ਚਰਨਾਂ ਵਿੱਚ ਥਾਂ ਦੇ, ਇਹ ਤੇਰੇ ਚਰਨਾਂ 'ਚ ਬੇਨਤੀ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ, ਕਥਾਵਾਚ ਗੁਰਦੁਆਰਾ ਮੰਜੀ ਸਾਹਿਬ ਵਾਲੇ, ਜਿਨ੍ਹਾਂ ਨੇ
सत्कार जो ज्ञानी सरूप सिंह जी पिछले दशहरे के समागम ते आ करके सिख संगतां नूं गुरु का जस सुना करके निहाल किया, महापुरखां दे सतपुरखां दी संगत का लाभ दर्शाया, गुरसिखी का प्रचार करन का लाभ दर्शाया कि जिवें ज्ञानी सरूप सिंह जी होणा ने सारा जीवन गुरु घर की महान सेवा की, सतपुरखां की संगत की, ते फिर जे को जियो कहे उन्हां को जम की तलबणा होई। रब दे प्यारियां दा ते सत्कार करन वालियां दी जमां दी मार नहीं पैंदी, जिन्हां ने सारा सारा जीवन नाल रह के सेवा कीती उन्हां दा जीवन किड्डा महान हो गया। गुरु साहिब दी पावन हाजरी अंदर पहुंचे महापुरख सत्कारयोग संत बाबा सुखविंदर सिंह जी मलकपुर वाले, संत बाबा सज्जन सिंह जी बेर साहिब वाले, बाबा महेंद्र सिंह जी ठठे वाले उन्हां दे पोतरे बाबा गुरदेव सिंह जी, बाबा मंगल सिंह जी मुगल चक वाले, बाबा बंता सिंह जी मुंडा पिंड वाले उन्हां दे सत्कार युग माता जी हाजरी भर रहे, बाबा छतरपाल सिंह दे भुजंगी हाजरी भर रहे, बाबा त्रिलोक सिंह जी मस्तुआने वाले महापुरख हाजरी भर रहे, सत्कार युग बाबा वीर सिंह जी जियो वाले वाले, डॉक्टर सुखवंत सिंह जी मूसिया वाले, भाई गुलजार सिंह जी लद्देवाल, इस तरह भाई मनजीत सिंह जी रागी गुरद्वारा शहीद बाबा दीप सिंह जी भिखी बैंड, सत्कारयोग बाबा दर्शन सिंह जी टाला साहब वाले, अगले जिथे थां ते जाके जोड़ मेला मनाउणा उत्थे पालकी साहब समय नाल पहुँच ना सके, उन्हां दे घर विच ही श्री अखंड पाठ साहब अंदर आरंभ हो गए। शामां दा वेला होया, सचखंड वासी श्री मान संत बाबा दया सिंह जी महापुरखां ने उस वेले ज्ञानी जी नूं कहा तुसीं कथा सुनाओ, ते ज्ञानी सरूप सिंह जी कहण लगे असीं क्या बाबा जी पोथियां ते सारियां पालकी विच रह गईआं ऐ, असीं हुण कथा किवें करिए। उस वेले बाबा दया सिंह जी ने वचन किया, ज्ञानी जी तुहाडे अंदर ही गुरु साहब ने पोथियां भर दित्तियां। सो उस वेले तो लैके कहिंदे सब कुछ कंठी हो गया, किन्ना किन्ना चिर लंबा समां उहनां इतिहास सुनाई जाणा, गुरु की बाणी की कथा सुनाई जाणी, कदी अकड़ा नहीं, कदी थकना नहीं, कदी कोई वार वार गल दोहरानी नहीं, एडी उहनां नूं महाराज ने कमाल की रसना बख्शी। यह सारियां रहमतां उन्हां संगत जी बाबा बीबी चंद साहब की संपर्दा विच रह के प्राप्त कीतियां, दाल पंथ की सेवा जुम्मेवारी दे नाल जीवन का बहुता लंबा समां नवाई, बेअंत विद्यार्थी उन्होंने तैयार किए। बाबा जी के सचखंड जाण तो बाद उस तरह फिर बाबा जी बाबा गुरबचन सिंह जी महापुरखों के नाल देश विदेश में विचर के महान गुरसिखी का प्रचार उन्होंने किया, जिस स्थान पर आप सज बैठे हो गुरद्वारा भट्ट साहब विखे। इत्थे पिछले 20-22 साल तो ज्ञानी जी होना ने महापुरखों के हुक्म के नाल संगत जी सारी सेवा निभाए, गुरसिखी का प्रचार किया। अज इन्हां संगतां दा जिहड़ा ठाठा मारदा कट है वह ज्ञानी जी का प्यार, ज्ञानी का जिहड़े माण सत्कार करते वो संगतां पहुंचियां है। संगत जी जिवें ज्ञानी जी होना ने दरसा भी दिता है जिथे उन्होंने महापुरखों की संगत की, बाबा जी बाबा गुरबचन सिंह जी ने उस तरह बाबा जी बाबा दया सिंह जी का ही स्वरूप जाणिया और माण सत्कार किया, पर बाबा जी ने भी उन्होंने विद्वान जान के पुराने सेवादार गुरु घर के जान के बड़ा माण सत्कार किया। जिनी ज्ञानी जी ने सेवा की, जिन्ना प्रचार किया, उहदा तां कोई देर नहीं दे सकता, पर ऐसे सिखां की कदर किवें करीदी है, वह कदर बाबा जी बाबा गुरबचन सिंह जी ने करके दिखा दिती। संगत जी जिस वेले उन्होंने शरीर च ढिल मठ आई, वड्डे तो वड्डे होस्पिटल विच लै के गए, जे उन्हें कहा जी लखां दा खर्चा है, बाबा जी क्या सिंह साढ़े चढ़दी कला विच ज्ञानी जी होने चाहिए है, जिन्ना मर्जी खर्चा आ जाए कोई परवाह नहीं, पर अकाल पुरख वाहिगुरु के हुक्म नाल उह सचखंड प्याना कर गए। उस दिन तो ही बाबा जी ने सारा मर्यादा अनुसार जिथे उन्होंने आत्म सिर अंतम संस्कार शरीर का किया, अंगीठा संभालिया गया, उस दिन तो ही उन्होंने याद में महान कीर्तन दरबार रात्रि के चलाए, सहस्कृति बाणी की कथा होए और गुरु घर के कीर्तनिया ने आके जस किया। अज भी दशहरे के समागम से आप स्टेज पर देख रहे हो अमृत वेले तो अलाही बाणी का कीर्तन, गुरमत विचारा, सतपुरख महापुरख आ करके नगर इलाके दी सिख संगत हाजरी भर रही। बाबा जी बाबा गुरबचन सिंह जी ने बहुत वड्डा माण बहुत वड्डा सत्कार ज्ञानी जी का किया, जिहड़ी उन्होंने महान सेवा की, सिखी का प्रचार किया। सो इसे तरह महाराज की पावन हाजरी अंदर हाजरी भर रहे हैं सत्कारयोग महापुरख बाबा जी बाबा हरदीप सिंह जी, बाबा जी बाबा
ਗੁਰੂ ਰਾਜਪਾਲ ਸਿੰਘ ਜੀ ਡੇਰਾ ਬਾਬਾ ਮਹਿਰਾਜ ਅੰਮ੍ਰਿਤਸਰ ਸਾਹਿਬ ਵਾਲੇ ਉਹ ਵੀ ਹਾਜ਼ਰੀ ਭਰ ਰਹੇ, ਉਹਨਾਂ ਦਾ ਬਹੁਤ ਧੰਨਵਾਦ। ਆਓ ਬਾਬਾ ਜੀ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਵਾਲੇ ਮਹਾਂਪੁਰਖ ਜਿਨ੍ਹਾਂ ਦਾ ਗਿਆਨੀ ਜੀ ਹੋਣਾ ਦੇ ਨਾਲ ਮਹਾਂਪੁਰਖਾਂ ਨਾਲ ਸੰਪਰਦਾ ਨਾਲ ਬੜਾ ਨੇੜਤਾ ਦਾ ਪਿਆਰ, ਉਹ ਕੁਝ ਸਮਾਂ ਵਾਸਤੇ ਮਹਾਰਾਜ ਦੀ ਪਾਵਨ ਹਾਜ਼ਰੀ ਵਿੱਚ ਆਪ ਜੀ ਨੂੰ ਗੁਰੂ ਘਰ ਜਾ ਸੁਣਾਉਣਗੇ। ਪਿਆਰ ਨਾਲ ਸ਼ਰਵਣ ਕਰੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ, ਵਾਹਿਗੁਰੂ ਸਾਹਿਬ ਜੀ। ਪਬੀਰ ਚਮਰਨੇ ਤੇ ਜਾਗੜ ਰਿਹਾ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ, ਮਰਨੇ ਪੂਰਨ ਪਰਮਾਨੰਦ। ਪਰਮ ਸਨਮਾਨ ਯੋਗ ਗੁਰੂ ਸਤਿਗੁਰੂ ਪਰਮੇਸ਼ਵਰ ਜੀ ਦਾ ਸਰੂਪ ਗੁਰੂ ਚਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੈ, ਅੱਜ ਦਾ ਇਹ ਮਹਾਨ ਗੁਰਮੁਖ ਸਮਾਗਮ ਅਤਿ ਸਤਿਕਾਰਯੋਗ ਗੁਰਮੁਖ ਪਿਆਰੇ ਬੜੇ ਹੀ ਨਿਰਮਲ ਨਾਮ ਬਾਣੀ ਵਾਲੇ ਗੁਰੂ ਸਤਿਕਾਰਯੋਗ ਗਿਆਨੀ ਸਰੂਪ ਸਿੰਘ ਜੀ, ਉਹਨਾਂ ਦੇ ਦੁਸਹਿਰੇ ਸਮਾਗਮ 'ਤੇ ਆਪਾਂ ਸਾਰੇ ਰਲ ਮਿਲ ਕਰਕੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੋਦ ਅੰਦਰ ਪਹੁੰਚੇ ਹਾਂ। ਉਹਨਾਂ ਦੀ ਅੰਤਿਮ ਅਰਦਾਸ ਵਿੱਚ ਹਾਜ਼ਰੀ ਲਗਾਉਣ ਵਾਸਤੇ ਆਓ, ਦਾਸ ਤੋਂ ਪਹਿਲਾਂ ਆਪ ਸੰਗਤਾਂ ਨੇ ਅਨੇਕਾਂ ਹੀ ਵਿਦਵਾਨਾਂ ਤੋਂ ਖਾਲਸਾ ਜੀ ਗੁਰੂ ਘਰ ਦੇ ਕੀਰਤਨੀ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਅਤੇ ਗੁਰੂ ਘਰ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ, ਉਹਨਾਂ ਤੋਂ ਆਪ ਨੇ ਕਥਾ ਅਤੇ ਕੀਰਤਨ ਚਰਵਣ ਕੀਤਾ। ਆਓ, ਜਿੰਨੇ ਵੀ ਸਰੀਰ ਗੁਰੂ ਦਰਬਾਰ ਵਿੱਚ ਹਾਜ਼ਰ ਨੇ, ਰਚਨਾ ਪਵਿੱਤਰ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਭਾਈ ਗਿਆਨੀ ਜਸਵੰਤ ਸਿੰਘ ਜੀ ਕਥਾ ਜੋ ਆਪ ਸਾਰਿਆਂ ਨੇ ਸੁਣੀ ਬੜੇ ਧਿਆਨ ਦੇ ਨਾਲ, ਉਹਨਾਂ ਨੇ ਜੋ ਆਪਣੀ ਕਥਾ ਦੇ ਵਿੱਚ ਵਿਚਾਰ ਰੱਖੇ ਉਹ ਸਾਡੇ ਮਨੁੱਖਤਾ ਲਈ ਮਾਨਵਤਾ ਲਈ ਭਲੇ ਲਈ ਹਨ। ਖਾਲਸਾ ਦੀ ਸੋਚ ਇੱਦਾਂ ਦੀ ਬਣ ਚੁੱਕੀ ਹੈ, ਅਸੀਂ ਬੁਲਾਰਾ ਵੀ ਉੱਦਾਂ ਦਾ ਸੁਣਨਾ ਪਸੰਦ ਕਰਾਂਗੇ ਜਿਹੜੇ ਸਾਡੇ ਮਨ ਦੀ ਬਿਰਤੀ ਹੁੰਦੀ ਹੈ। ਪਹਿਲੋਂ ਆਪ ਸਾਰਿਆਂ ਨੇ ਕੀਰਤਨ ਵੀ ਸੁਣਿਆ, ਸਾਡੇ ਅੰਦਰ ਰਾਜ ਅਤੇ ਆਨੰਦ ਬਣਿਆ। ਅਸੀਂ ਸਾਰੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਧੀਆਂ ਪੁੱਤਰ ਹਾਂ, ਅੱਜ ਸ਼ੋਕ ਸਮਾਗਮ 'ਚ ਬੈਠੇ ਹਾਂ। ਦੁਸਹਿਰੇ ਸਮਾਗਮ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਖਾਲਸਾ ਜੀ ਮੁਰੀਦ ਹੈ ਰਾਏ ਬੁਲਾਰ ਖਾਨ ਸਾਹਿਬ, ਕਿਸੇ ਨੂੰ ਨਾ ਉਹਨਾਂ ਦਾ ਭੁੱਲਿਆ ਨਹੀਂ ਹੋਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਰਾਏ ਬੁਲਾਰ ਖਾਨ ਸਾਹਿਬ ਬਹੁਤ ਵੱਡੇ ਸਨ ਉਮਰ ਦੇ ਵਿੱਚ। ਕਹਿੰਦੇ ਕਿ ਉਹਨਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਨੇ ਸੰਸਾਰ ਦੀਆਂ ਉਦਾਸੀਆਂ 'ਤੇ ਜਾਣਾ, ਤਲਵੰਡੀ ਦੇ ਵਿੱਚੋਂ ਵਿਚਰਨਾ, ਧਿਆਨਾ ਸ਼ਰਵਣ ਕਰਨਾ, ਅਤੇ ਰਾਏ ਬੁਲਾਰ ਖਾਨ ਗੁਰੂ ਨਾਨਕ ਸਾਹਿਬ ਦੇ ਨਾਲ ਜਾਂਦੇ ਸਨ। ਕਹਿੰਦੇ ਇੱਕ ਦਿਨ ਤਲਵੰਡੀ ਦੀਆਂ ਗਲੀਆਂ ਦੇ ਵਿੱਚੋਂ ਬਾਹਰ ਆ ਕੇ ਖੜ੍ਹ ਕੇ ਗੁਰੂ ਨਾਨਕ ਸਾਹਿਬ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ, ਮੁਰਸ਼ਦ ਜੀ, ਮੈਂ ਆਪ ਜੀ ਦਾ ਚਰਨ ਸੇਵਕ ਹਾਂ, ਕਿਰਨਾਂ ਦਾ ਭੋਰਾ ਹਾਂ। ਦੁਨੀਆਂ ਦੇ ਲੋਕ ਕਿੱਡੇ ਭਾਗਾਂ ਵਾਲੇ ਨੇ, ਕਿੰਨੇ ਕਰਮਾਂ ਵਾਲੇ ਨੇ। ਜਦੋਂ ਤੁਸੀਂ ਉਦਾਸੀਆਂ 'ਤੇ ਜਾਂਦੇ ਹੋ, ਲੋਕ ਆਪਣੇ ਘਰਾਂ ਦੇ ਦਰਵਾਜ਼ੇ ਬੂਹੇ ਖੋਲ੍ਹ ਦਿੰਦੇ ਹੈ, ਇਹ ਗੁਰਦੇਵ ਮੈਂ ਚਾਹੇ ਮੁਸਲਮਾਨ ਹਾਂ, ਤਲਵੰਡੀ ਨੂੰ ਛੱਡ ਕੇ ਤੁਸੀਂ ਜਾਂਦੇ ਹੋ, ਅਸੀਂ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਲੈਂਦੇ ਹਾਂ। ਇਹ ਸਤਿਗੁਰੂ ਸਰੀਰ ਦਾ ਜਿਹੜਾ ਬੇੜਾ ਜਰਜਰਾ, ਉਮਰ ਬੜੀ ਹੋ ਚੁੱਕੀ ਹੈ, ਇਹ ਬੇੜੇ ਨੇ, ਇਹ ਘੜੇ ਨੇ, ਪਤਾ ਨਹੀਂ ਕਿੱਦਣ ਟੁੱਟ ਅਤੇ ਡਿੱਗ ਜਾਣਾ, ਬਖਸ਼ਿਸ਼ ਕਰੋ। ਅੱਖਾਂ ਦੇ ਵਿੱਚੋਂ ਜਦੋਂ ਜਲ ਆਉਂਦਾ ਨਾ, ਤਾਂ ਸਾਡਾ ਬਾਪੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਖਾਲਸਾ ਜੀ ਦੋਵੇਂ ਹੱਥ ਫੜ ਕੇ ਉਹਨਾਂ ਦੇ ਆਪਣੇ ਗਾਨਾ ਲਾ ਕੇ ਆਉਂਦੇ, ਖਾਨ ਸਾਹਿਬ ਤੁਸੀਂ ਮੇਰੇ ਬੜਾ ਪਿਆਰ ਕਰਨ ਵਾਲੇ ਹੋ, ਤੁਸੀਂ ਆਪਣੀ ਸੁਰਤ ਨੂੰ ਨਾ ਡੇਗੋ, ਯਾਦ ਰੱਖਿਓ ਜਦੋਂ ਤੁਸੀਂ ਮੈਨੂੰ ਯਾਦ ਕਰੋ ਕਿ ਦੁਨੀਆਂ ਦੇ ਵਿੱਚ ਮੈਂ ਕਿਤੇ ਵੀ ਹੋਵਾਂਗਾ ਤੁਹਾਡੇ ਕੋਲ ਹਾਜ਼ਰ ਹੋਵਾਂਗਾ। ਇਤਿਹਾਸ ਦੀ ਘਟਨਾ, ਰਾਏ ਬੁਲਾਰ ਖਾਨ ਸਾਹਿਬ ਮੰਜੇ 'ਤੇ ਪੈ ਗਏ, ਇਤਿਹਾਸ ਦੱਸਦਾ ਉਹਨਾਂ ਦੀਆਂ ਅੱਖਾਂ ਦੇ ਜੋ ਪ੍ਰਵੱਟੇ ਹਨ ਉਹ ਬਹੁਤ ਲੰਬੇਰੇ ਅਤੇ ਲੰਬੇ ਸਨ, ਅਤੇ ਉਹਨਾਂ ਦੀਆਂ ਮੰਜੇ 'ਤੇ ਪਿਆ ਅੱਖਾਂ ਦੇ ਵਿੱਚੋਂ ਨੀਰ ਪਾਣੀ ਵਗਦਾ, ਨੌਕਰ ਚਾਕਰ ਧੀਆਂ ਪੁੱਤਰ ਸਰਾਣੇ ਖਲੋਤੇ ਹੈ,
सारे उन्हां दीआं अक्खां दे विच्चों हंझू साफ करके पुछदे बाबा जी तुसी मौत तो डर गए तुसी शायद मौत तो घबरा गए तुसी इन्ने उच्चे छुच्चे गुरु नानक दे मुरीद हो गुरु नानक नूं प्यार करन वाले हो सानू लगदा तुहाडी सुरत दे विच मौत दा डर आ गया। राय बुलार खान साहब बड़ा मुस्करा के कहिंदे पलियो मैं मौत तो नहीं डरिया मैं संसार तो नहीं डरिया इको तांग है इको इच्छा है मेरे अंदर मेरे मन दे विच ओह की है ओह इन्नी कु है कि मेरा नानक गुरु नानक ना मेरा प्यार है जदों नानक नूं मैं तलवंडी दे विचों तोर के उन्ना सा ते मैं जाना अज मेरा शरीर दा बड़ा जर्जरा कमजोर हो गया इंद्रिय शरीर कमजोर हो गया मौत जड़ी आवाजा मारती पई है पता नहीं कदों अंतिम श्वास निकल जाने है शरीर दे विचों। मेरी एक इच्छा कि मैं अपने नानक दे दर्शन करा ते किसी सेवक ने याद कराया बाबा जी तुसी गुरु नानक ना वादा किया सी नानक ने तुहाडे ना वादा किया सी जदों शरीर डिगण लगे तुसी गुरु नानक नूं याद करना तुसी याद करो ते साध संगत जदों राय बुलार खान ने इतिहास दसदा सतगुरां नूं याद किया ते गुरु नानक देव साहिब जी महाराज खालसा जी संसार दे लोकां दा भला करदे करदे जदों राय बुलार खान साहब दे कोल पहुँचदे अखां दे परवट्टे बड़े लंबे है शरीर बजुर्ग है मंजे ते पए है गुरु नानक देव साहब जी मत्थे ते हाथ ला के कहिंदे राय बुलार खान साहब तुसी सानू पुकारदे पे सी अखां दे विच्चों खालसा जी नीर बहुत तेज वगदा है जदों नीर वगदा है ना ते बापू साडा बड़े प्यार ने कहिंदा हंझू पूंझ के तुसी रोए क्यों कहिंदा महाराज अगे तुहाडी याद विच रोंदा पिया सा पर मैं हुण रोंदा पिया वां सिर्फ इस करके कि जदों तुसी तलवंडी नूं छड्ड के जांदे सी ए तन ਇਹ ਪਿੰਜਰ ਤੁਹਾਨੂੰ ਤੁਹਾਡੇ ਨਾਲ ਸਤਿਕਾਰ ਵਜੋਂ ਤੁਹਾਨੂੰ ਛੱਡ ਕੇ ਆਉਂਦਾ ਸੀ ਅੱਜ ਸਤਿਗੁਰੂ ਗੁਰੂ ਨਾਨਕ ਦੇਵ ਤੁਸੀਂ ਮੇਰੇ ਮੁਰਸ਼ਦ ਤੁਸੀਂ ਮੇਰੇ ਗੁਰਦੇਵ ਹੋ ਤੁਸੀਂ ਮੇਰੇ ਇਸ਼ਟ ਹੋ ਤੁਸੀਂ ਮੇਰੇ ਅੱਲਾ ਹੋ ਅੱਜ ਮੇਰਾ ਮਨ ਤਾਂ ਰੋਂਦਾ ਪਿਆ ਅੱਜ ਤੁਸੀਂ ਮੇਰੇ ਕੋਲ ਖਲੋਤੇ ਵੀ ਭਾਵੇਂ ਮੇਰੇ ਰੋਣ ਦਾ ਕਾਰਨ ਇਹੀ ਹੈ ਆਹ ਬਾਪੂ ਅੱਗੇ ਸਤਿਕਾਰ ਨਾਲ ਤਲਵੰਡੀ ਦੇ ਦਰਵਾਜ਼ਿਆਂ ਤੱਕ ਤੁਹਾਨੂੰ ਤੋਰ ਕੇ ਆਉਂਦਾ ਸਾਂ ਅੱਜ ਤੁਸੀਂ ਮੇਰੇ ਕੋਲ ਖਲੋਤੇ ਹੋ ਮੇਰੇ ਕੋਲ ਖੜ੍ਹੇ ਹੋ ਕੇ ਤੁਹਾਡਾ ਸਤਿਕਾਰ ਨਹੀਂ ਕੀਤਾ ਗਿਆ ਤੁਹਾਡੇ ਚਰਨਾਂ 'ਤੇ ਮੱਥਾ ਨਹੀਂ ਟੇਕਿਆ ਗਿਆ ਅੱਜ ਦਾ ਰੋਣ ਦਾ ਕਾਰਨ ਹੈ ਕਿ ਮੈਂ ਤੁਹਾਡਾ ਅਦਬ ਸਤਿਕਾਰ ਨਹੀਂ ਕਰ ਸਕਿਆ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਬਾਬਾ ਆਪਣੀ ਸੁਰਤ ਨਾ ਡਿੱਗਣ ਦੇ ਸਰੀਰ ਨੇ ਤਾਂ ਸਭਨਾਂ ਦੇ ਸਰੀਰ ਦਾ ਬਜ਼ੁਰਗਾਂ ਦਾ ਸਿਆਣਿਆਂ ਦਾ ਸੱਤ ਪੁਰਖਾਂ ਮਹਾਂਪੁਰਖਾਂ ਦਾ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦੀ ਕਹਿੰਦੇ ਮੌਤ ਸਭਨਾਂ 'ਤੇ ਆਉਂਦੀ ਹੈ ਸੱਚ ਕਰਕੇ ਜਾਣਿਓ ਇੱਕ ਦਿਨ ਡਿੱਗਣਾ ਜ਼ਰੂਰ ਹੈ ਪਰ ਯਾਦ ਰੱਖੀਏ ਸੁਰਤ ਕਦੇ ਨਾ ਡਿੱਗਣ ਦਈਏ। ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਪਈ ਆ ਮੇਰੇ ਨਾਲੋਂ ਇਹ ਮੰਦਰ ਦਾ ਅਨਿਆਏ ਹੋਇਆ ਮੈਂ ਸਾਰੀ ਜ਼ਿੰਦਗੀ ਪ੍ਰਭੂ ਦੀ ਬੰਦਗੀ ਕੀਤੀ ਆ ਲੋਕਾਂ ਨੂੰ ਉਪਦੇਸ਼ ਦਿੱਤਾ। ਧਰਮਰਾਜ ਹੱਸ ਕੇ ਕਹਿੰਦਾ ਬ੍ਰਹਮਣ ਜੀ ਤੁਹਾਨੂੰ ਭੁਲੇਖਾ ਤੁਹਾਡੀ ਚਿਤਵਣੀ ਤੁਹਾਡੀ ਸੁਰਤ ਤੁਹਾਡੀ ਫੋਕਟ ਕਰਮ ਕੀਤਾ ਔਰ ਯਾਦ ਰੱਖ ਇਸ ਵੇਸਵਾ ਨੇ ਭਾਵੇਂ ਸਾਰੀ ਉਮਰ ਮਲੀਨ ਕਰਮ ਕੀਤੇ ਇਹਦੀ ਚਿਤਵਣੀ ਵਿੱਚ ਇਹਦੇ ਖਿਆਲ ਵਿੱਚ ਪਰਮਾਤਮਾ ਦਾ ਮੰਦਰ ਰਹਿੰਦਾ ਸੀ ਕਿ ਮੈਂ ਜ਼ਿੰਦਗੀ ਵਿੱਚ ਪਾਪ ਕੀਤੇ ਕੋਈ ਚੰਗਾ ਕਰਮ ਨਹੀਂ ਕੀਤਾ। ਸੱਚ ਕਰਕੇ ਜਾਣਿਓ ਜਿਹੜੇ ਲੋਕ ਪੁੱਛਦੇ ਨਾ ਸੱਚ ਕਰਕੇ ਜਾਣਿਓ ਉਹਨੇ ਲੋਕ ਰੱਬ ਦੇ ਨੇੜੇ ਨੇ। ਮਰਦੀ ਬਾਣੀ ਕਹਿੰਦੀ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਇਸ ਕਰਕੇ ਗੁਰ ਸਿੱਖੋ ਮਨ ਜੀਤੇ ਜਾਂ ਕਿ ਤਾਂ ਆਪਣੇ ਦਾ ਵਿਨਾਸ਼ ਹੈ ਜੋ ਉਪਜਿਆ ਉਹ ਅਵਿਰਸ ਹੈ ਉਹਨੇ ਡਿੱਗਣਾ। ਇਸ ਕਰਕੇ ਗੱਲ ਕਿਤਵਣੇ ਦੀ ਅੰਦਰ ਦੀ ਤੁਹਾਡਾ ਧਿਆਨ ਕਿੱਥੇ ਤੱਕ ਜੁੜਿਆ ਖਾਲਸਾ ਜੀ ਰੱਬ ਨੂੰ ਉਹ ਤਨ ਉਹ ਜੋ ਗਿਆਨੀ ਜੀ ਗਿਆਨੀ ਸਰੂਪ ਸਿੰਘ ਸਾਹਿਬ ਜੀ ਬੜੇ ਪਿਆਰੇ ਵਿਦਵਾਨ ਸਨ ਆਪ ਜੀ ਨੇ ਉਹਨਾਂ ਦਾ ਜੀਵਨ ਭਾਈ ਸਾਹਿਬ ਭਾਈ ਸੰਤੋਖ ਝੁਣਾ ਤੋਂ ਸੁਣਿਆ ਵਾ। ਖਾਲਸਾ ਜੀ ਸਾਰੀ ਜ਼ਿੰਦਗੀ ਉਹਨਾਂ ਨੇ 20 ਸਾਲ ਤੋਂ ਵੱਧ ਗੁਰੂ ਨਾਨਕ ਦੇ ਘਰ ਦੇ ਗੁਰੂ ਪੰਥ ਦੇ ਗੁਰੂ ਘਰ ਦੀ ਮਹਾਨ ਸੇਵਾ ਕੀਤੀ ਹੈ। ਦੇਖੀਏ ਅਸੀਂ ਵਿਦਵਾਨਾਂ ਦੀ ਕਦਰ ਨਹੀਂ ਕਰਦੇ ਅੱਗੇ ਵੀ ਗਿਆਨੀ 'ਚ ਜ਼ਿਕਰ ਕੀਤਾ ਸਾਡੇ ਵਿਦਵਾਨਾਂ ਦੀ ਸੁਰਤ ਵੀ ਮਾਇਆ ਲਫਾਫਿਆਂ ਵਿੱਚ ਚਲੇ ਗਈ ਹੈ। ਸਾਨੂੰ ਖਾਲਸਾ ਦੀ ਸਾਡੀ ਸੁਰਤ ਰੱਬ ਵਿੱਚ ਨਹੀਂ ਧਰਮ ਦਾ ਦਰਦ ਸੰਸਾਰ ਦੇ ਲੋਕਾਂ ਨੂੰ ਗੁਰੂ ਨਾਨਕ ਦੇ ਸਿਧਾਂਤ ਨਾਲ ਸ਼ਬਦ ਨਾਲ ਜੁੜਿਆ ਉਹੀ ਮਿਸ਼ਨ ਉਹੀ ਪ੍ਰਚਾਰ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਕਰਦੇ ਹੈ। ਬਾਬਾ ਜੀ ਦੇ ਸਿਰ 'ਤੇ ਮਹਾਰਾਜ ਸਾਰੇ ਪਰਿਵਾਰ 'ਤੇ ਅਤੇ ਸਾਰੇ ਦਰਬਾਰ ਸੰਗਤਾਂ 'ਤੇ ਜਥੇਬੰਦੀ 'ਤੇ ਮਹਾਰਾਜ ਮਿਹਰ ਭਰਿਆ ਰਹਿਣ ਦਾ ਪ੍ਰਯਾਸ ਰੱਖਣ। ਮਹਾਰਾਜ ਗੜ੍ਹ ਦੀ ਕਲਾ ਗੁਰਸੇ ਗੁਰਦਾਸ ਜੀ ਇੰਨੀ ਕੁ ਹਾਜ਼ਰੀ ਪ੍ਰਵਾਨ ਕਰੀ ਹੋਣੀਆਂ ਬੇਅੰਤ ਭੁੱਲਾਂ ਦੀ ਸਮਾਂ ਆਪ ਸੰਗਤਾਂ ਦਾ ਪਿਆਰ ਬਖਸ਼ਣ ਯੋਗ ਹੈ ਗੁਰੂ ਸਾਹਿਬ ਬਖਸ਼ਣ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਸਰਬ ਪਾਉ ਨਾਲ ਕਰ ਰਿਹਾ ਜਗਾਰਾ ਵਜਾਵੇ, ਸੋਨੇ ਹਾਲ ਹੋ ਜਾਵੇ, ਪਿੰਡ ਅਗਵਾਨ ਜ਼ਿਲ੍ਹਾ ਗੁਰਦਾਸਪੁਰ ਵਿਖੇ ਗੁਰਦੁਆਰਾ ਯਾਦਗਾਰ ਏ ਸ਼ਹੀਦਾਂ ਦੇ ਮੁੱਖ ਪ੍ਰਬੰਧਕ ਭਾਈ ਸੁਖਵਿੰਦਰ ਸਿੰਘ ਜੀ ਅਗਵਾਨ, ਜਿਹੜੇ ਕਿ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੇ ਭਤੀਜਾ ਸਾਹਿਬ ਨੇ, ਉਹ ਵੀ ਪਹੁੰਚੇ ਨੇ। ਉਹਨਾਂ ਵੱਲੋਂ ਵੀ ਗਿਆਨੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਅਤੇ ਮਹਾਨ ਤਪਸਵੀ ਸੰਤ ਬਾਬੂ ਸਪੂਰਨ ਸਿੰਘ ਜੀ ਮਲਕਪੁਰ ਵਾਲੇ, ਉਹਨਾਂ ਦੇ ਸਥਾਨ ਦੇ ਉੱਤੋਂ ਭਾਈ ਸੁਖਵਿੰਦਰ ਸਿੰਘ ਜੀ ਮਲਕਪੁਰ ਵਾਲੇ ਪਹੁੰਚੇ ਨੇ। ਉਹਨਾਂ ਅਤੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸੰਪਰਦਾ ਪੰਥ ਦੀ ਸੇਵਾ ਕਰਨ ਲਈ ਸੰਗਤਾਂ ਨੂੰ ਗੁਰਮਤਿ ਗਾੜੀ ਰਾਹ ਉੱਤੇ ਚੱਲਣ ਲਈ ਪ੍ਰੇਰਨਾ ਦੇ ਕੇ ਇਸ ਬਹੁਤ ਬਹੁਤ ਧੰਨਵਾਦ ਸੰਤ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਆਪ ਜੀ ਨੂੰ ਗੁਰੂ ਕਾ ਜਸ ਸੁਣਾ ਕੇ ਨਿਹਾਲ ਕੀਤਾ। ਮਹਾਂਪੁਰਖ ਬਾਬਾ ਜੀ ਬਾਬਾ ਗੁਰਬਚਨ ਸਿੰਘ ਜੀ, ਉਹਨਾਂ ਦਾ ਸਨਮਾਨ ਕਰ ਰਿਹਾ ਜਗਾਰਾ ਵਜਾਵੇ, ਸੋਨੇ ਮਾਣ ਮਹਾਂਪੁਰਖ ਕਰ ਰਿਹਾ ਜਗਾਰਾ ਵਜਾਵੇ, ਸੋਨੇ ਹਾਲ ਹੋ ਜਾਵੇ। ਸਤਿਕਾਰਯੋਗ ਬਾਬਾ ਕਿਰਪਾਲ ਸਿੰਘ ਜੀ, ਜਗਾਰਾ ਵਜਾਵੇ, ਸੋਨੇ ਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਸਟੇਜ ਤੇ ਸੁਭਾਈ ਮਾਂ ਚੂਸਲੇ ਵਾਰਡ ਬੀਬੀ ਬਲਜੀਤ ਕੌਰ ਐਮ ਸੀ, ਗਿਆਨੀ ਕੁਲਵਿੰਦਰ ਸਿੰਘ ਜੀ ਅਰਦਾਸੀਏ, ਸ੍ਰੀ ਦਰਬਾਰ ਸਾਹਿਬ। ਇਸੇ ਗੁਰੂ ਨਾਨਕ ਸਾਹਿਬ ਜੀ ਨੇ ਜਿਨ੍ਹਾਂ 'ਤੇ ਆਪ ਕਿਰਪਾ ਕੀਤੀ ਹੋਵੇ, ਨਾਮ ਬਾਣੀ ਦੀ ਦਾਤ ਬਖਸ਼ੀ ਹੋਵੇ, ਇਨਸਾਨੀ ਜੀਵਨ ਦੇ ਜਾਮੇ ਨੂੰ ਸਫਲ ਕੀਤਾ ਹੋਵੇ, ਉਹਨਾਂ ਬਾਰੇ ਅਸੀਂ ਕੀ ਕਹਿ ਸਕਦੇ ਹਾਂ। ਇਹ ਉਹਨਾਂ ਦੇ ਵਿਛੋੜੇ ਦੀ ਰਸਮ ਹੈ, ਅੰਤਮ ਅਰਦਾਸ ਦਿਵਸ ਸੰਤ ਬਾਬਾ ਗਿਆਨੀ ਸਰੂਪ ਸਿੰਘ ਜੀ ਦੀ। ਅਸੀਂ ਅਰਦਾਸ ਦੇ ਕੁਝ ਕਾਰਨ ਹੁੰਦੇ ਹਨ, ਕੁਝ ਮਹਿਣੇ ਹੁੰਦੇ ਹਨ ਜਿਹੜੇ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਗਏ। ਇੱਕ ਤਾਂ ਜਾਣ ਵਾਲੇ ਦੀ ਰੂਹ ਲਈ ਅਰਦਾਸ ਕਰਨੀ, ਇੱਕ ਪਰਿਵਾਰ ਨੂੰ ਭਾਣਾ ਮੰਨ ਦਾ ਪਰਮਾਤਮਾ ਬਲ ਬਖਸ਼ੇ ਇਹ ਅਰਦਾਸ ਕਰਨੀ, ਇੱਕ ਅਰਦਾਸ ਕਰਨੀ ਕਿ ਅਸਾਂ ਵੀ ਉੱਥੇ ਜਾਣਾ ਜਿੱਥੇ ਸੰਤ ਸਰੂਪ ਸਿੰਘ ਜੀ ਗਏ ਨੇ, ਸਾਨੂੰ ਵੀ ਜਾਣਾ ਪੈਣਾ, ਪਰਮਾਤਮਾ ਸਾਨੂੰ ਕਿਰਪਾ ਕਰਕੇ ਸਾਡੀ ਸੁਰਤ ਨੂੰ ਸ਼ਬਦ ਦਾ ਆਸਰਾ ਬਖਸ਼, ਤਾਂ ਕਿ ਸਾਡਾ ਸੰਸਾਰ ਵਿੱਚ ਆਉਣਾ ਸਫਲ ਹੋ ਜਾਵੇ। ਦੁਨੀਆ ਦੇ ਵਿੱਚ ਜਿਹੜਾ ਪੈਦਾ ਹੋਇਆ ਉਸਨੇ ਮਰਨਾ ਹੈ, ਜੋ ਜਨਮੇ ਸੋ ਜਾਨੋ ਮੂਆ, ਗੋਬਿੰਦ ਭਗਤ ਅਸਥਿਰ ਹੈ ਥੀਆ, ਅਸਥਿਰ ਹੈ ਅਤੇ ਪਰਮਾਤਮਾ ਦੀ ਬੰਦਗੀ ਜਾਂ ਬੰਦਗੀ ਕਰਨ ਵਾਲਾ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਨੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਗੁਰੂ ਸਾਹਿਬ ਜੀ ਦਾ ਨਾਮ, ਪਰਮਾਤਮਾ ਦਾ ਨਾਂ ਅਤੇ ਕਿਨ ਜਪਿਓ ਗੁਰਮੰਤ, ਜਿਨ੍ਹਾਂ ਨੇ ਗੁਰੂ ਦੀ ਦਿੱਤੀ ਹੋਈ ਦਾਤ, ਉਹਦਾ ਮੰਤਰ ਦਾ ਜਾਪ ਕੀਤਾ, ਉਹ ਇਸ ਦੁਨੀਆਂ 'ਤੇ ਹਮੇਸ਼ਾ ਰਹਿਣਗੇ। ਤਾਂ ਗੁਰੂ ਸਾਹਿਬ ਜੀ ਦੇ ਬਾਣੀ ਸਾਨੂੰ ਇਹੀ ਉਪਦੇਸ਼ ਦਿੰਦੀ ਹੈ ਕਿ ਮੌਤ ਨੇ
कभी किसी मनमानिया नहीं कर दतिया। इस संसार ते बड़े 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 आए ते चले गए, ऋषि मुनि आए, औलिए पैगंबर आए, पर अकाल पुरख सच्चे वाहेगुरू दे हुक्म नूं मोड़ नहीं सके। गुरु साहब जी फरमाउंदे ने मरना ना मुहूर्त पुछिया पुछी थित ना वार, एक नी लद्या एक लद चले, एक ना बदे पार, एक ना होई साखती एक ना होई सार, लश्कर सने दमामिया छुटे बंक द्वार, नानक ढेरी शार की पी फिर होई शार। ये शरीर मिट्टी की ढेरी है, आत्मा अमर है, आत्मा परमात्मा के चरणों में लीन हो जाए तो ये शरीर सफल हो जाता है, आत्मा परमात्मा विच लीन हो जाती है, वरना जम जम मरे मरे फिर जम्मे बहुत सजाए पया देश लम्मे वाला नरक भोगना पैंदा है। असीं देखते हाँ कि साड़े इतिहास दे विच गुरु तीसरे पातशाह नूं जदों सत्ता आया उन्होंने भी अपने पुत भाई परिवार मेरा घर वेखो निर्दास जीओ तुर लिखिया परवाणा फिरे ना ही गुर जाए हर पर पास जीओ। उन्होंने हुक्म सी कि अकाल पुरख सच्चे वाहगुरु का परवाणा आया है, मैं जाना है, तुसीं रोना नहीं बल्कि परमात्मा की बंदगी करनी। इस तरह दखण दे विच जदों दसम पातशाह जी ज्योति जोत समाउण तो पहला सिखां नूं हुक्म दिंदे ने कि 100 रुपए दीआं लकड़ियां लियाओ, इतिहासकार लिखते कि लकड़ियां लैन दियां सिखां ने, फिर गुरु साहब का हुक्म से कि 500 रुपए का गुरपुरब करो, सिखां ने गुरपुरब किया, खजानची ने कुछ भी कोल नहीं रखिया, सारा कुछ दान कर दिता गरीबां च ते लंगर लगे, फिर गुरु साहब का हुक्म से चिखा बनाओ, फिर ये इतिहासकार जिक्र करता सवारे का रूप नदरी आया, फिर सिखां ने बेनती की जी सच्चे पातशाह पाकी नाई पाक हुक्म होए जो खालसा मत्था कहाँ टेके, तो गुरु साहब का हुक्म से मैं खालसा अकाल को सौंपा, जो खालसे की रहत पचारेगा तिसका बेली, जब ये कहे विपरन की रीत मैं ना करूं इनकी प्रतीत। तो गुरु साहब जी सिखां नूं केस दाड़े ते दस्तार दी फकीरी बख्श के, गुरियाई दे अधिकार बख्श के, पंथ ते ग्रंथ नूं गुरता दे के जी परमात्मा विच लीन हो गए ते सानू गुरु ग्रंथ ते गुरु पंथ ते लड़ ला गए। ये अकाल पुरख सच्चे वाहगुरु जी की खेड सी। असी अज देखते हाँ कि जेड़े भी गुरु नानक साहब जी के पैरोकार जिन्होंने परमात्मा की बंदगी करके अपना आप ही सवारिया ते संगतां नूं भी उस पासे लाया। साहिबां दी पावन हाजरी अंदर मुखी ब्याणा मंदिर पट्टी तो हाजरी भर रहा है सरदार हरजीत सिंह जी सिंगापुर तो, कौंसलर भाई अमरीक सिंह जी भुल्लर, कोमल जैन, सुखजैन सिंह कौंसलर, अहम बुलारिया ने आप संगतां दे नाल इस विछोड़े दे समागम विच गुरमत विचारां द्वारा सांझ पाई है। बहुत ही सत्कारयोग सिंह साहिब ज्ञानी रणजीत सिंह, क्योंकि जिन्हां दी अंतम अरदास विच आपां शामिल होए हाँ, मेरी पीरी दे मालक साहिब सतगुरु श्री गुरु हरगोबिंद साहिब महाराज दल भंजन गुर सूरमा वड जोधा बहु पर उपकारी, ऐसे दीन दयाल सतगुरु सच्चे पातशाह महाराज दे अनन प्यारे सिख महान सूरबीर योधे बाबा विधि चंद जी जिन्होंने महान सेवावां कीतियां ते उन्हां दे अस्थान गुरद्वारा पाठ साहिब विखे इस अस्थान की सेवा निभाउण वाले वड्डे महापुरख संत बाबा सोहन सिंह जी, संत बाबा दया सिंह जी, तिन्हां दे परिवार विच रह के ते परिवार वांगू जिन्हां दा पालन पोषण होया, क्योंकि भाई सरूप सिंह जी होरां ने दस्या सी कि मैं छोटा जिहा सी जदों परिवार ने दल पंथ दे विच भेज दिता ते महापुरशां दे नाल रह के विशेष सेवा जिहड़ी उन्हां दी हर तरह की कीती,
इस तरह की सेवा जिमें सतगुरु साहब जी कहते कि मुल खरीदी लाला गोला मेरा नाम सुभागा गुर की बचनी हाट बिकाना जित लाया तित लागा ते गुरु की संगत सतगुरु सच्चे पातशाह महाराज के घर विच कीती हुई सेवा कदे बिरथी नहीं जाती। धन सतगुरु श्री गुरु अमरदास पातशाह महाराज अपने जीवन के तजर्बे द्वारा धुरकी बाणी राही कृपा करते हैं कि सतगुर की सेवा सफल है जे को करे चित लाए। तो गुरु की संगत जिहड़े चित ला के सेवा करते हैं साहब जी कहिंदे मन चिंदिया फल पावना होमै विच हो जाए। सो ऐसी महान वो गुरु के परिवार की सेवा बाबा विधि चंद के परिवार विच रह के बड़े बड़े भाग होण तां ऐसियां संप्रदावां दे विच रहण दा सुभाग मिलता है ते एडे एडे बख्शिश भरे बचन कि वो बहुत व्याख्याकार विद्वानी ज्ञान सच विद्वान ज्ञानी सज्जन सन ज्ञानी सरूप सिंह जी जिहड़े कि जदों बोलते सी उन्हां तों बाद विच बोलना जिहड़ा हर बुलारे वास्ते बड़ा मुश्किल हो जांदा सी। ये सतगुरु सच्चे पातशाह महाराज के घर की उन्होंने सेवा की गुरु की संगत भावें वह तन करके साढ़े तो संसार तो सदीवी विछोड़ा दे के चले गए हैं पर उन्हां दियां यादां उन्हां दी कीती हुई सेवा हर हिरदे दे अंदर सदा वास्ते जागदी रहेगी क्योंकि उस ही संपर्दा दे जिथे श्रीमान सत्कारयोग संत बाबा दया सिंह जी दे वड्डे सपुत्र संत बाबा अवतार सिंह जी दल पंथ की सेवा निभाते ने उत्थे साढ़े अति सत्कारयोग हर दिल अजीज हरमन प्यारे बरकरदार महापुरख संत बाबा गुरबचन सिंह जी जो कि इस महान अस्थान दियां सेवावां आप अपने कर कमलों द्वारा निभाउणगे क्योंकि इस संपर्दा दे भावें वह महान विद्वान सन ज्ञानी सन पर गुरु घर विच आ के मनुख जिहड़ा उह निमाणा बनता है सेवादार बनता है। इस करके ज्ञानी सरूप सिंह जी इस महान संस्था के सेवादार सन जिन्हां ने अपना सारा जीवन जो है वह सेवा दे लेखे लाया कौम के प्रचार प्रसार वास्ते दिन रात जिहड़ी सेवा की। सो आपां गुरु गोद अंदर यही अरदास कर सकते हैं कि सतगुरु सच्चे पातशाह महाराज तुहाडा सुभाग तुहाडा बिरध है कि तुसीं अपने प्यारियां दी लाज रखते हो क्योंकि हर युग युग भगत उपाया पैज रखता आया राम राजे ते जाने अणजाणे जीवन दौरान मनुख कोलों जे भुला हो भी जाणते असीं मनुखी लोग एक दूजे दे उत्ते उह जिहड़ा असीं गिला करदे हां पर सतगुरु सच्चे पातशाह कहिंदे कि मालक दा सुभाव मां वर्गा है। बच्चा भावें जिन्हें मर्जी माड़े काम करे माता पिता नूं गालां देवे नशे करे पर जदों मां नूं पुछया जावे तुहाडा बच्चा इस तरह दा ते मां कहिंदी नहीं मेरा बच्चा ते बड़ा चंगा सी उहनूं बुरी संगत मिल गई उहनूं भैड़ी संगत मिल गई तां करके विगड़ गया मेरा बच्चा विगड़न वाला नहीं सी। ते साहब जी कहिंदे मालक दा ते सुभाअ इस तरह दा है कि इत्थे भावें कोई जिस तरह दा मर्जी आवे गुरु दे चरणां विच जदों आ के नमस्कार करता है जदों आ के अरदास करता है कि मेल लहो दयाल तहे पए द्वारियां रख ले वो दीन दयाल भरमत बवहारियां सतगुरु सच्चे पातशाह उहदी झोली विच खैर पाउंदे ने उहनूं अपना बना लैंदे ने जिहड़ा आपा समर्पित कर दिंदा है। ते गुरु की संगत वो महान आत्मा ज्ञानी सरूप सिंह जी के संबंध में आप अरदास करते हैं समुचिया संगतों वालों दास की अरदास बेनती है कि मालक वाहगुरु जी कृपा करनी आप जी का सुभा है कि जाने अणजाने ज्ञानी जी पासों हुई भुलां नूं ना चितारदे होए सुत अपराध करत है जेते जननी चीत न राख स्थिते वालियां बख्शिशां करते हुए सदीवकाल अपने चरणों में निवास बख्शना ते ए संपर्दा जोड़ी जिहड़ी महापुरखां दी चलाई होई सतगुरु सच्चे पातशाह महाराज दी सारे ही महापुरखां दा सन्मान बाबा जी करनगे। विकारा बजावे सुनहाल हो जावे सत श्री महाराज दी पावन हाजरी सुनहाल हो जावे सत श्री सत्कारयोग बाबा गुलाब सिंह जी ठठी खारे वाले महापुरख उन्हां पुरखां नूं बेनती है कि वह भी बाबा जी के पासों गुरु घर का सन्मान प्राप्त कर। बाबा हरदीप सिंह जी
ਉਹਨਾਂ ਨੂੰ ਬੇਨਤੀ ਹੈ ਡੇਰਾ ਬਾਬਾ ਮਹਾਰਾਜ ਅੰਮ੍ਰਿਤਸਰ ਵਾਲੇ ਮਹਾਂਪੁਰਖ ਉਹ ਵੀ ਬਾਬਾ ਜੀ ਪਾਸੋਂ ਸਨਮਾਨ ਪ੍ਰਾਪਤ ਕਰਨ। ਜਕਾਰਾ ਵਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਸ੍ਰੀ ਦਰਬਾਰ ਸਾਹਿਬ। ਉਹਨਾਂ ਨੂੰ ਬੇਨਤੀ ਹੈ ਮਹਾਂਪੁਰਖਾਂ ਦੇ ਪਾਸੋਂ ਆਪ ਜੀ ਸਨਮਾਨ ਪ੍ਰਾਪਤ। ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਗਮਟਾਲੇ ਵਾਲੇ ਮਹਾਂਪੁਰਖਾਂ ਨੂੰ ਬੇਨਤੀ ਸਤਿ ਸ੍ਰੀ ਅਕਾਲ। ਮਹਾਰਾਜ ਦੀ ਪਾਵਨ ਹਾਜ਼ਰੀ ਅੰਦਰ ਸੱਜ ਬੈਠੇ ਮਾਮਾ ਸਰਦਾਰ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਬਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਜਿਨੀ ਨਾਮ ਧਿਆਇਆ ਗਏ ਮਸਦ ਕਾਰ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਤਲਾਇਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰਤੇ ਖਾਲਸਾ ਦੀ ਬੋਲੋ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਬੋਲੋ ਪ੍ਰਭੋ ਸਾਸ ਸਾਰ ਬਿਲ ਮਨਾ ਕਰ ਜਨ ਦੋਈ ਏਕ ਹੈ ਬਿਪ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੀ ਸਤਨਾਮ ਸ੍ਰੀ ਵਾਪ੍ਰਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਹਮ ਬਾਰਿਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਅਨਕ ਬਿਧੀ ਸਮਝਾਵੋ ਹਮ ਅਗਿਆਨ ਅਲਪ ਮਤ
थोरी मरी शरण तुम्हारी आशा तुम ही सर दयाला नानक घर के बोले अपना रूप नहीं दे सकता पारस विच ते रब दे प्यारे संत विच इन्ना ही फर्क हुंदा कि जेड़ा भी किसे कमाई वाले संत दी शरण विच आ गया अपना गुरमुख ताई वाला जीवन जिने संगत विच पै के बना लिया रब दा प्यारा संत उस गुरमुख नूं संत ही बना दिंदा है। इसलिए संत ज्ञानी सरूप सिंह जी जिन्हां ने समुचा जीवन अपना सेवा सिमरन दे विच गुरमत दा प्रचार ते प्रसार करन दे विच बसर कीता इन्हां अस्थानां दे उत्ते महान उन्हां ने जिहड़ियां सेवावां कीतियां गुरु दे अस्थानां दी सेवा मिल जाणी कोई थोड़ी बहुती कमाई दी गल नहीं होया करदी। गुरु नानक साहिब दे घर दी संगत मिल जाणी गुरु ग्रंथ साहिब दे चरणां विच जुड़ जाणा गुरसिखां दे घरां अंदर जन्म मिल जाणा ये बड़े जन्मां दीआं कमाईआं होया करदीआं। श्री मान संत ज्ञानी गुरबचन सिंह जी खालसा पिंडरां वाले महापुरख अपने विद्यार्थियों को बचन कहा करते सन भाई सिंह जिन्हें किसी बहुत वड्डे अगबोहड़ के दरख्त को पत्ते लगे ने इन्ने जन्मां की कितने कमाई होवे सिख की इकट्ठी हो करके फिर उन्हों गुरु नानक साहिब के घर अंदर गुरसिखा के घरे जन्म मिलते हैं जिन्हियां उस बोहड़ नूं गोलां लगियां होण ते इन्ने जन्मां दा जाप तप सेवा सिमरन कमाई इकट्ठी हो जावे ते फिर उस नूं साध संगत पूरे गुरु श्री गुरु ग्रंथ साहिब की संगत मिलदी है। जिन्हियां उह गोलां विच बीज होया करदे इक बोहड़ अंदर आप ही अंदाजा ला के देख लिओ किन्ने बीज बनते हैं इन्ने जन्मां जन्मांतरां का जाप तप कमाई सेवा सिमरन इकट्ठा होवे फिर वो गुरु कलगी अर पातशाह का पुत्र ते धी सदवाउंदा है भाव खंडे वाटे का अमृत तां नसीब हुंदा जे एडी वड्डी कमाई होवे किसे फिर संत बाबा दया सिंह जी महापुरखां दे चरणां दे 14 साल की उम्र विच आ गए हुण ते पुत्रां वांग बच्चियां वांग परिवार दे वांग पालना महापुरखां ने अपने हथी जी दी कीती होवे एडे वड्डे स्थानां दे उत्ते फिर सेवावां मिलणियां पुस्तकां पढ़ो जी बहुत विद्वान है अंदर जिहड़ी खड़े हो करके श्री गुरु ग्रंथ साहिब की पावन गुरबाणी की व्याख्या वडियाई दे करके संगतां दे विच जिहड़ी वीर रसी बाणी का चा पैदा करदे उत्थे वड्डे वड्डे विद्वान दंग रह जांदे जदों श्री सर्वलोक ग्रंथ की पावन गुरबाणी के प्रमाण दे करके विचार गुरमत करदे जां कथा करदे उत्थे फिर पता लगता भी किन्नी को कमाई उस गुरु प्यारे ने कीती। इसलिए उन्हां गुरु प्यारियां का संसार के अंदर आना सफला हुंदा हासिल रहन मनाए ना जमन का दुख ते ना मरण का दुख कट्ठा डंग मारे एक डंग लगन नाल जेड़ा पत्थर सैकिया बन जाता इन्हां प्यारियां का इहो जिहा रूहां का संसार विच आना भी सफला ते जदों वह मात जन्म पदार्थ जीत नानक धर्म ऐसे चवै कीतो पवन पनीत धर्म राजा भी उठ के कहिंदा जी आया नूं घर पवित्र कर दिता मेरी पुरी विच चरण पा दिते ते साडे वर्गे मनमुखां दा